ਇਹ ਜਿਹੜੇ ਅੱਜ ਜਿਹੜਾ ਕੀਤਾ ਇਹਦੇ ਤੇ ਮੈਂ ਗਵਰਨਮੈਂਟ ਆਫ ਇੰਡੀਆ ਨੇ ਜੋ ਸਾਡੇ ਇੰਟਰਫੇਅਰ ਕੀਤਾ ਪੂਰੇ ਹਿੰਦੁਸਤਾਨ ਤੇ ਕੀਤਾ 50 ਕਿਲੋਮੀਟਰ ਮੀਨਸ 50 ਕਿਲੋਮੀਟਰ ਮੇਰੇ ਇਤਨੇ ਬਾਰਡਰ ਤੋਂ ਲੈ ਕੇ ਜਿਹੜਾ ਬਟਾਲਾ ਹੈਗਾ ਸ਼ਹਿਰ ਉਹ ਉੱਥੋਂ 27 ਕਿਲੋਮੀਟਰ ਪੜਦਾ 27 ਕਿਲੋਮੀਟਰ ਅੱਗੇ ਲੈ ਲਓ ਬਾਬਾ ਬਕਾਲੇ ਤੱਕ ਇਹ ਪੂਰਾ ਦਾ ਪੂਰਾ ਉਹਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਸ਼ਹਿਰ ਅੰਮ੍ਰਿਤਸਰ ਤੋਂ ਜਰੀਏ ਤੱਕ ਆ ਜਾਂਗੇ ਅਤੇ ਫਿਰੋਜ਼ਪੁਰ ਦਾ ਮੁਕਤਸਰ ਤੱਕ ਪਹੁੰਚ ਜਾਓਗੇ ਇਹ ਬੜੀ ਵੱਡੀ ਮੈਨੂੰ ਨਹੀਂ ਸਮਝ ਲੱਗੀ ਕਿ ਗਵਰਨਮੈਂਟ ਆਫ ਇੰਡੀਆ ਦੇ ਦਿਮਾਗ 'ਚ ਕੀ ਆ ਇਹ ਸਿੱਧੀ ਲੋਕਾਂ ਦੇ ਜਿਹੜੀ ਇੰਟਰਫੀਡੈਂਸ ਹੈ ਇੰਡੀਪੈਂਡੈਂਸ ਦੀ ਜਿਹੜੀ ਸਾਨੂੰ ਡੈਮੋਕਰੇਟਿਕ ਰਾਈਟਸ ਮਿਲੇ ਨੇ ਉਹਨਾਂ ਦੇ ਉੱਤੇ ਇਹ ਕਰਕੇ ਬੜਾ ਵੱਡਾ ਇਹਨਾਂ ਨੇ ਛਾਪਾ ਮਾਰਿਆ ਔਰ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਅਤੇ ਹੋਮ ਮਿਨਿਸਟਰ ਸਾਹਿਬ ਨੂੰ ਕਹੂੰਗਾ ਕਿ ਇਹਨਾਂ ਨੂੰ ਰੀਕਨਸਿਡਰ ਕਰਨ ਜਿਹੜੇ ਉਹਨਾਂ ਦੇ ਕੰਮ ਨੇ ਕਿ ਜਿਹੜੀ ਅਸੀਂ ਜਿਹੜੀ ਉੱਥੋਂ ਹਿਰਨ ਜਾਂ ਨਸ਼ਾ ਜਿਹੜਾ ਬਾਹਰੋਂ ਆ ਰਿਹਾ ਮੈਂ ਇੱਕ ਚੀਜ਼ 'ਤੇ ਬੜਾ ਹੈਰਾਨ ਹਾਂ ਕਿ BSF ਜਿਹੜੀ ਬਾਰਡਰ 'ਤੇ ਬੈਠੀ ਆ ਫਸਟ ਡਿਫੈਂਸ ਲਾਈਨ ਹੁੰਦੀ ਹੈ ਮੇਰਾ ਆਪਣਾ ਪਿੰਡ ਸੈਕਿੰਡ ਡਿਫੈਂਸ ਲਾਈਨ 'ਤੇ 7 ਕਿਲੋਮੀਟਰ 'ਤੇ ਮੇਰਾ ਆਪਣਾ ਜਿਹੜਾ ਪਿੰਡ ਹੈ ਭਰਵਾਲੀ ਉਹ ਸੈਕਿੰਡ ਡਿਫੈਂਸ ਲਾਈਨ ਹੈ ਉੱਥੋਂ ਤੱਕ ਤਾਂ ਮੈਂ ਅੱਜ ਤੱਕ BSF ਦੇਖੀ ਨਹੀਂ ਅਤੇ 50 ਕਿਲੋਮੀਟਰ ਤੱਕ ਜਾ ਕੇ ਕੀ ਲੱਭਣਾ ਚਾਹੁੰਦੇ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਡਰੋਨ ਆਉਂਦੇ ਨੇ ਉਹਨਾਂ ਦਾ ਪਹਿਲਾਂ ਦੇਖਣ ਕਿ ਡਰੋਨ ਕਿੱਥੋਂ ਆਏ ਕਿਵੇਂ ਅੰਦਰ ਐਂਟਰ ਕੀਤੇ ਉਹਦੇ ਵੱਲ 'ਤੇ ਧਿਆਨ ਦੇਣ ਦੀ ਬਜਾਏ ਇਹ ਕਹਿਤਾ ਕਿ 50 ਕਿਲੋਮੀਟਰ ਤੱਕ ਅਸੀਂ ਅੰਦਰ ਜਾਵਾਂਗੇ ਅਤੇ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਗਵਰਨਮੈਂਟ ਆਫ ਇੰਡੀਆ ਹਰ ਪਾਸੇ ਇਹੋ ਜਿਹੀਆਂ ਗੱਲਾਂ ਕਰਕੇ ਕਿ ਕੀ ਦੱਸਣਾ ਚਾਹੁੰਦੀ ਹੈ ਔਰ ਕੀ ਕਰਨਾ ਚਾਹੁੰਦੀ ਹੈ ਇਹ ਸਾਡੀ ਸਮਝ ਤੋਂ ਸਾਰੇ ਤੋਂ ਬਾਹਰ ਹੈ ਸਾਡੇ ਕੋਲ ਟੈਰਰਿਜ਼ਮ ਦੇ ਟਾਈਮ 'ਚ ਪੰਜਾਬ ਪੁਲਿਸ ਨੇ ਸਭ ਤੋਂ ਵਧੀਆ ਕੰਮ ਕੀਤਾ ਮੇਰੇ ਖਿਆਲ ਵਰਲਡ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਕੰਮ ਵਧੀਆ ਕੀਤਾ ਤਾਂ ਪੰਜਾਬ ਪੁਲਿਸ ਨੇ ਕੀਤਾ ਔਰ ਬੜੇ ਥੋੜ੍ਹੇ ਟਾਈਮ 'ਚ ਟੈਰਰਿਜ਼ਮ ਨੂੰ ਕੰਟਰੋਲ ਕਰ ਲਿਆ ਜੇ ਪੰਜਾਬ ਪੁਲਿਸ ਟੈਰਰਿਜ਼ਮ ਨੂੰ ਕੰਟਰੋਲ ਕਰ ਸਕਦੀ ਹੈ ਮੈਨੂੰ ਇਹ ਲੱਗਦਾ ਕਿ ਜਿਵੇਂ ਸਾਡੀ ਨੈਸ਼ਨੈਲਿਟੀ 'ਤੇ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਸ਼ੱਕ ਮੈਂ ਦੱਸਣਾ ਚਾਹੁੰਦਾ ਕਿ ਪੰਜਾਬੀ ਬੜੇ ਵੱਡੇ ਦੇਸ਼ ਭਗਤ ਨੇ ਔਰ ਆਪਣੇ ਦੇਸ਼ ਨਾਲ ਪਿਆਰ ਕਰਦੇ ਨੇ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਪਿੱਛੇ ਹਟਣਾ ਚਾਹੀਦਾ ਮੈਨੇ ਅੱਜ ਚੀਫ ਮਿਨਿਸਟਰ ਸਾਹਿਬ ਵੀ ਲਿਖੇਗੇ ਮੈਨੇ ਵੀ ਜੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਔਰ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਲੈਟਰ ਲਿਖੀ ਆ ਔਰ ਪੂਰਾ ਡਿਟੇਲ ਮੈਂ ਲਿਖਾ ਹੈ ਔਰ ਉਨਸੇ ਟਾਈਮ ਮੰਗਾ ਕਿ ਕਿਰਪਾ ਕਰਕੇ ਪੰਜ